ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ, ਇੰਪੋਰਟੈਂਟ ਵਲੌਗ ਹੈ ਅੱਜ ਦਾ। ਅਤੇ ਅਨਡਾਕੂਮੈਂਟਡ ਲੋਕਾਂ ਵਾਸਤੇ ਬਹੁਤ ਜ਼ਰੂਰੀ ਖਬਰ ਹੈ, ਕਹਿ ਸਕਦੇ ਹਾਂ ਕਿ ਇੱਕ ਚੰਗੀ ਖੁਸ਼ਖਬਰੀ ਕੈਨੇਡਾ ਤੋਂ ਸਾਹਮਣੇ ਆਈ ਹੈ। ਪਿਛਲੇ ਦਿਨਾਂ ਤੋਂ ਨੈਗੇਟਿਵਿਟੀ ਨੈਗੇਟਿਵਿਟੀ ਕਾਫੀ ਦਿਨ ਤੋਂ ਕਾਫੀ ਨੈਗੇਟਿਵ ਨਿਊਜ਼ ਚੱਲ ਰਹੀਆਂ ਸੀਗੀਆਂ, ਪਰ ਚੰਗੀ ਖਬਰ, ਮਤਲਬ ਕਹਿ ਸਕਦੇ ਹਾਂ ਕਿ ਇੱਕ ਸੁਖਾਵੀਂ ਖਬਰ ਜਿਹੜੀ ਹੈ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਆਈ ਹੈ, ਉਹ ਵੀ ਅਨਡਾਕੂਮੈਂਟਡ ਲੋਕਾਂ ਵਾਸਤੇ। ਜਿਹੜੇ ਵੀ ਕੈਨੇਡਾ ਦੇ ਵਿੱਚ ਆਪਣਾ ਸਟੇਟਸ ਗਵਾ ਚੁੱਕੇ ਨੇ, ਉਹਨਾਂ ਵਾਸਤੇ ਇਹ ਬਹੁਤ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ, ਕਿਉਂਕਿ ਉਹਨਾਂ ਵਾਸਤੇ ਕੈਨੇਡਾ ਇੱਕ ਨਵਾਂ ਪਾਇਲਟ ਪ੍ਰੋਗਰਾਮ ਲੈ ਕੇ ਆਇਆ। ਉਸ ਨਵੇਂ ਪਾਇਲਟ ਪ੍ਰੋਗਰਾਮ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਨੇ ਉਹਨਾਂ ਨੂੰ PR ਦਿੱਤੀ ਜਾਵੇਗੀ, ਯਾਨੀ ਕਿ ਅਨਡਾਕੂਮੈਂਟ ਤੋਂ ਸਿੱਧੀ PR ਦਿੱਤੀ ਜਾਵੇਗੀ। ਅਤੇ ਕੀ ਇਹ ਕੋਟਾ ਰਹਿਣ ਵਾਲਾ ਹੈ, ਕੀ ਇਲੀਜੀਬਿਲਿਟੀ ਕ੍ਰਾਈਟੇਰੀਆ ਰਹਿਣ ਵਾਲਾ ਹੈ, ਕੀ ਤੁਹਾਡਾ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਵਰਕ ਐਕਸਪੀਰੀਅੰਸ ਰਹਿਣ ਵਾਲਾ, ਉਹ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੀ ਤੁਹਾਨੂੰ SOP ਹੈਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰਦੇ ਹਾਂ। ਕੈਨੇਡਾ ਦੇ ਵਿੱਚ ਅਨਡਾਕੂਮੈਂਟਡ ਲੋਕ ਬਹੁਤ ਜ਼ਿਆਦਾ ਨੇ। ਕਈ ਅਨਡਾਕੂਮੈਂਟਡ ਲੋਕ ਇਸ ਕਰਕੇ ਨੇ ਕਿ ਉਹ ਇੱਥੋਂ ਸਟੱਡੀ ਕਰਨ ਵਾਸਤੇ ਗਏ ਸੀਗੇ, ਸਟੱਡੀ ਕਰਨ ਤੋਂ ਬਾਅਦ ਫਰਦਰ ਉਹਨਾਂ ਨੇ PGWP ਲਿਆ, ਪਰ PR ਨਹੀਂ ਮਿਲੀ, ਉਸ ਤੋਂ ਬਾਅਦ ਉਹਨਾਂ ਨੇ ਨੈਕਸਟ ਆਪਣਾ ਸਟੇਟਸ ਗਵਾ ਦਿੱਤਾ। ਉਸ ਤੋਂ ਇਲਾਵਾ ਕਈ ਇੱਥੋਂ ਵਿਜ਼ਟਰ ਟੂਰਿਸਟ ਵੀਜ਼ਾ 'ਤੇ ਗਏ ਸੀਗੇ, 6 ਮਹੀਨੇ ਬਾਅਦ ਵਾਪਸ ਨਹੀਂ ਮੁੜੇ, ਉਸ ਤੋਂ ਬਾਅਦ ਲਗਾਤਾਰ ਉੱਥੇ ਰਹੇ, ਐਕਸਟੈਂਸ਼ਨ ਪਾਈ ਨਹੀਂ, ਜਾਂ ਫਿਰ ਕਹਿ ਸਕਦੇ ਐਕਸਟੈਂਸ਼ਨ ਤੋਂ ਬਾਅਦ ਵੀ ਉੱਥੇ ਰਹਿੰਦੇ ਰਹੇ, ਉੱਥੇ ਆਪਣਾ ਸਟੇਟਸ ਗਵਾ ਬੈਠੇ। ਕਈ ਇੱਥੋਂ ਵਰਕ ਪਰਮਿਟ 'ਤੇ ਗਏ ਸੀਗੇ, PR ਨਹੀਂ ਮਿਲੀ ਜਾਂ ਕੋਈ ਇਸ਼ੂ ਇੱਦਾਂ ਦਾ ਆ ਗਿਆ, ਆਪਣਾ ਸਟੇਟਸ ਗਵਾ ਬੈਠੇ। ਕਈ ਜਿਹੜੇ ਆ ਉਹ ਕਹਿ ਸਕਦੇ ਹਾਂ ਕਿ ਮਿਸਗਾਈਡ ਵੀ ਹੁੰਦੇ ਆ, ਕਈ ਏਜੰਟ ਗਲਤ ਗਾਈਡ ਕਰ ਦਿੰਦੇ ਆ, ਜਾਂ ਕਹਿ ਸਕਦੇ ਹਾਂ ਕਿ ਕਈ ਰਿਸ਼ਤੇਦਾਰ ਨਾਤੇਦਾਰ ਤੁਹਾਡੇ ਜਿਹੜੇ ਆ ਉਹ ਗਲਤ ਗਾਈਡ ਕਰ ਦਿੰਦੇ ਆ, ਅਤੇ ਤੁਹਾਨੂੰ ਕਹਿ ਦਿੰਦੇ ਆ ਕਿ ਯਾਰ ਕੋਈ ਗੱਲ ਨਹੀਂ, ਇੱਥੇ ਕਿਹੜਾ ਕੱਢ ਦੇਣ ਲੱਗੇ ਆ, ਤੁਸੀਂ ਛੱਡੋ, ਕਿਉਂ ਪੈਸੇ ਖਰਾਬ ਕਰੀ ਜਾ ਰਹੇ ਹੋ, ਆਪਣੇ 4 ਪੈਸੇ ਬਚਾਓ। ਅਤੇ ਉਸ ਕੰਡੀਸ਼ਨ ਦੇ ਵਿੱਚ ਬੰਦਾ ਜਿਹੜਾ ਉੱਥੇ ਅਨਡਾਕੂਮੈਂਟਡ ਹੋ ਜਾਂਦਾ। ਜਿਹੜੇ ਅਨਡਾਕੂਮੈਂਟਡ ਲੋਕ ਨੇ ਉਹ ਫਿਰ ਕਿਸੇ ਲਿਸਟ 'ਚ ਵੀ ਨਹੀਂ ਆਉਂਦੇ, ਕਿਉਂਕਿ ਫਿਰ ਉਹ ਕੈਸ਼ 'ਤੇ ਕੰਮ ਕਰਦੇ ਨੇ, ਉਹ ਟੈਕਸ ਪੇ ਨਹੀਂ ਕਰਦੇ, ਜਾਂ ਫਿਰ ਉਹਨਾਂ ਦਾ ਜਿਹੜੀ ਸਿਚੁਏਸ਼ਨ ਹੈ ਉਹ ਇੱਕ ਤਰੀਕੇ ਦੇ ਨਾਲ ਉਹ ਹੁੰਦੀ ਹੈ ਜਿਹੜੇ ਕੈਨੇਡਾ ਦੇ ਵਿੱਚ ਲੁੱਕ ਲਗਾ ਕੇ ਕੰਮ ਕਰਦੇ ਆ, ਉਹ ਵਾਲੀ ਸਿਚੁਏਸ਼ਨ। ਹੁਣ ਅਜਿਹੇ ਲੋਕਾਂ ਦੀ ਜਦੋਂ ਜਿਹੜੇ ਅਨਡਾਕੂਮੈਂਟਡ ਨੇ ਉਹਨਾਂ ਦੀ ਪ੍ਰੋਪਰ ਗਿਣਤੀ ਐਮਬੈਸੀ ਕੋਲ ਹੁੰਦੀ ਨਹੀਂ ਹੈ, ਸੋ ਐਮਬੈਸੀ ਕੀ ਕਰਦੀ ਹੈ ਕਿ ਟਾਈਮ ਟੂ ਟਾਈਮ ਅਜਿਹਾ ਕੋਈ ਪਾਇਲਟ ਪ੍ਰੋਗਰਾਮ ਚਲਾ ਦਿੰਦੀ ਹੈ, ਜਿਸ ਦੇ ਨਾਲ ਇੱਕ ਤਾਂ ਅਨਡਾਕੂਮੈਂਟਡ ਲੋਕ ਜਿਹੜੇ ਆ ਉਹ ਉਹਨਾਂ ਦੀ ਲਿਸਟ ਦੇ ਵਿੱਚ ਆ ਜਾਂਦੇ ਆ, ਦੂਜਾ ਜਿਹੜਾ ਉਹਨਾਂ ਨੂੰ ਥੋੜ੍ਹੀ ਜਿਹੀ ਹਿਮਾਇਤ ਵੀ ਮਿਲ ਜਾਂਦੀ ਹੈ। ਐਮਬੈਸੀ ਨੂੰ ਇਹ ਹੋ ਜਾਂਦਾ ਕਿ ਚਲੋ ਅਸੀਂ ਤੁਹਾਡੇ ਹਮਦਰਦ ਹੈ, ਇਹ ਸ਼ੋਅ ਆਫ ਜਿਹੜਾ ਹੈ ਐਮਬੈਸੀ ਥੋੜ੍ਹਾ ਬਹੁਤਾ, ਜਾਂ ਕਹਿ ਸਕਦੇ IRCC ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਅਜਿਹੇ ਦੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਲੈ ਕੇ ਆਇਆ ਜਿਹਦੇ ਵਿੱਚ ਸਿਰਫ 1000 ਲੋਕਾਂ ਨੂੰ ਅਨਡਾਕੂਮੈਂਟਡ 1000 ਲੋਕਾਂ ਨੂੰ PR ਦਿੱਤੀ ਜਾਵੇਗੀ ਕੈਨੇਡਾ ਦੇ। ਉਹ 1000 ਲੋਕ ਉਹ ਹੋਣਗੇ ਜਿਹੜੇ ਓਨਟਾਰੀਓ ਦੇ ਵਿੱਚ ਪਿਛਲੇ  5 ਸਾਲ ਤੋਂ ਰਹਿ ਰਹੇ ਨੇ, ਅਤੇ 3 ਸਾਲ ਦਾ ਉਹਨਾਂ ਕੋਲ ਕੰਸਟਰਕਸ਼ਨ ਵਰਕਿੰਗ ਦਾ ਐਕਸਪੀਰੀਅੰਸ ਹੈ। ਸੋ ਜਿਨ੍ਹਾਂ ਕੋਲ ਇਹ ਐਕਸਪੀਰੀਅੰਸ ਹੈ, ਓਨਟਾਰੀਓ ਦੇ ਵਿੱਚ ਰਹਿ ਰਹੇ ਨੇ, ਉਹਨਾਂ ਵਾਸਤੇ ਬਹੁਤ ਚੰਗੀ ਗੱਲ ਹੈ ਕਿ ਉਹ ਹੁਣ ਆਪਣੀ ਫਾਈਲ ਜਿਹੜੀ ਹੈ ਉਹ ਲਗਾ ਸਕਦੇ ਨੇ ਐਮਬੈਸੀ ਦੇ ਵਿੱਚ। ਅਤੇ ਇਹਦੀ ਜਿਹੜੀ ਮਿਤੀ ਰੱਖੀ ਗਈ ਹੈ, ਲਾਸਟ ਡੇਟ ਰੱਖੀ ਗਈ ਹੈ, ਉਹ 31 ਦਸੰਬਰ 2024 ਰੱਖਿਆ ਗਿਆ। ਇਹ ਵੀ ਗੱਲ ਕੀਤੀ ਗਈ ਹੈ ਕਿ ਜਦੋਂ 1000 ਐਪਲੀਕੇਸ਼ਨ ਜਿਹੜੀਆਂ ਨੇ ਉਹ ਹੋ ਜਾਣਗੀਆਂ ਤਾਂ ਇਸ ਦੀ ਵੈਲਿਡਿਟੀ ਜਿਹੜੀ ਹੈ, ਲਾਸਟ ਡੇਟ ਰੱਖੀ ਗਈ ਹੈ 31 ਦਸੰਬਰ 2024, ਉਸ ਤੋਂ ਪਹਿਲਾਂ ਵੀ ਇਹ ਪ੍ਰੋਗਰਾਮ ਜਿਹੜਾ ਉਹਨੂੰ ਹਟਾਇਆ ਜਾ ਸਕਦਾ ਹੈ, ਜੇਕਰ ਉਸ ਤੋਂ ਪਹਿਲਾਂ ਜਿਹੜਾ ਇਹ ਕੋਟਾ ਫਿੱਲ ਹੋ ਜਾਂਦਾ ਹੈ।
ਹੁਣ ਇਹਦੇ ਨਾਲ ਕੀ ਆ ਕਿ ਕੁਝ ਅਨਡਾਕੂਮੈਂਟਡ ਲੋਕਾਂ ਦਾ ਡੇਟਾ ਜਿਹੜਾ ਉਹ ਐਮਬੈਸੀ ਦੇ ਕੋਲ ਇਨਡਾਇਰੈਕਟਲੀ ਪਹੁੰਚ ਜਾਣਾ ਹੈ, ਜਿਸ ਦੇ ਨਾਲ ਐਮਬੈਸੀ ਆਈਡੈਂਟੀਫਾਈ ਕਰਨ ਦੇ ਵਿੱਚ ਕਹਿ ਸਕਦੇ ਕਾਮਯਾਬ ਹੋ ਜਾਂਦੇ ਕਿ ਕੌਣ ਕਿੱਥੇ ਕਿੱਦਾਂ ਕਿਵੇਂ ਰਹਿ ਰਿਹਾ। ਹਾਲਾਂਕਿ ਯੂਟੀਲਿਟੀ ਐਕਟੀਵਿਟੀਜ਼ ਜਿਹੜੀਆਂ ਤੁਹਾਡੀਆਂ ਹੁੰਦੀਆਂ ਨੇ ਜਾਂ ਹੋਰ 100 ਚੀਜ਼ਾਂ ਹੁੰਦੀਆਂ ਨੇ, ਉਹ ਤੋਂ ਕਈ ਵਾਰੀ ਟਰੈਕ ਉੱਦਾਂ ਵੀ ਕੀਤਾ ਜਾ ਸਕਦਾ, ਪਰ ਇਸ ਤਰੀਕੇ ਦੇ ਨਾਲ ਟਰੈਕ ਕਰਨਾ ਥੋੜ੍ਹਾ ਈਜ਼ੀ ਹੋ। ਹੁਣ ਜਿਹੜੇ ਇਹ ਕੰਸਟਰਕਸ਼ਨ ਵਰਕਰ 1000 ਕਹਿ ਸਕਦੇ ਹਾਂ ਕਿ ਪੱਕੇ ਕੀਤੇ ਜਾਣੇ ਨੇ, ਉਹਦੀ ਇੱਕ ਖਾਸ ਸ਼ਰਤ ਹੋਰ ਵੀ ਹੈ। ਉਹ ਇਹ ਸ਼ਰਤ ਹੈ ਕਿ ਕੈਨੇਡਾ ਦੇ ਵਿੱਚ ਤੁਹਾਡੀ ਲੀਗਲ ਇੰਟਰੀ ਹੋਈ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕੋਈ ਵਿਜ਼ਟਰ ਵੀਜ਼ਾ 'ਤੇ ਗਿਆ ਸੀਗਾ, ਉੱਥੇ ਜਾ ਕੇ ਅਨਡਾਕੂਮੈਂਟਡ ਹੋ ਗਿਆ, ਜਾਂ ਆਪਣਾ ਸਟੇਟਸ ਗਵਾ ਲਿਆ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਸੀ, ਜਾਂ ਕੋਈ ਸਟੂਡੈਂਟ ਵੀਜ਼ਾ 'ਤੇ ਵਰਕ ਪਰਮਿਟ 'ਤੇ, ਜਾਂ ਕਿਸੇ ਦੇ ਵੱਲੋਂ ਮਿਸਗਾਈਡ ਕਰ ਦਿੱਤਾ ਗਿਆ, ਜਾਂ ਫਿਰ ਕਹਿ ਸਕਦੇ ਕਈ ਵਾਰੀ ਕੋਈ ਰਿਸ਼ਤੇਦਾਰ ਜਾਂ ਫਿਰ ਕਿਸੇ ਨਾ ਕਿਸੇ ਰੀਜ਼ਨ ਕਰਕੇ ਕੋਈ ਨਾ ਕੋਈ ਉਸ 'ਤੇ ਇਹੋ ਜਿਹੀ ਬਿਪਤਾ ਪਈ ਕਿ ਉਹ ਕੈਨੇਡਾ ਦੇ ਵਿੱਚ ਨਾ ਤਾਂ ਆਪਣਾ ਸਟੇਟਸ ਰੀਸਟੋਰ ਕਰ ਪਾਇਆ ਅਤੇ ਨਾ ਹੀ ਉਹ ਵਾਪਸ ਮੁੜ ਪਾਇਆ। ਸੋ ਉਹਨਾਂ ਸਾਰੀਆਂ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ ਆਉਂਦੇ ਹੋ ਤਾਂ ਤੁਸੀਂ ਆਪਣਾ ਇਹ ਕਹਿ ਸਕਦੇ ਕਿ PR ਦਾ ਜਿਹੜਾ ਨਵਾਂ ਪਾਥਵੇ ਬਣਿਆ ਹੈ, ਇਸ ਪਾਥਵੇ ਦਾ ਕਹਿ ਸਕਦੇ ਸਹਾਰਾ ਲੈ ਕੇ ਕੈਨੇਡਾ ਦੇ ਵਿੱਚ PR ਹੋ ਸਕਦੇ ਹੋ। ਸੋ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੂੰ ਸੋਪੀ ਛਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਨ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।